ਵੈਲਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਤੇ ਅੱਜ ਜਨਾਬ ਇੱਕ ਮੱਝ ਅੱਲਾ ਦੇ ਫਜ਼ਲ ਕਰਮ ਨਾਲ ਪੂਰੇ ਜਨਾਬ ਵਜ਼ਨ ਵਾਲੀ ਥੱਪੇ ਦਾ ਵਾਹਨਾ ਪਿਓਰ ਜਨਾਬ ਬਦੀਨ ਦੀ ਮੱਝ ਦਾ ਮਾਸ਼ਾਅੱਲਾ ਕੱਦ ਚੰਗਾ ਲਾਮ ਚੰਗੀ। ਬਾਕੀ ਜਨਾਬ ਗੱਲਾਂ ਨਾਲ ਨਹੀਂ, ਇਹ ਕੈਮਰੇ ਦੀ ਨਜ਼ਰ ਹੈ ਪੂਰੀ ਜਨਾਬ ਸ਼ਾਹਜ਼ੋਰ ਡਾਲੇ ਵਿੱਚ ਕੱਲੀ ਆਉਣ ਵਾਲੀ ਇੱਕ ਹੱਡੀ ਮਾਸ਼ਾਅੱਲਾ ਪੁੱਠਾ ਖੁੱਡਾ ਟਾਕ ਚਾਰ ਫੇਰ ਮੇਰੇ ਕੈਮਰੇ ਨਜ਼ਰ ਹੈ ਫੁੱਟ ਵਾਨਾ ਜਨਾਬ ਲੱਤਾਂ ਤੋਂ ਬਾਰ ਬਾਰ ਮੁੱਠ ਮੁੱਠ ਤੇ ਥਾਣ ਪੂਰੀ ਲੋਕੇਸ਼ਨ ਸ਼ਾਹ ਕਾਲੀ ਪੂਰੀ ਬਰੀਕ। ਬਾਕੀ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਨੂੰ ਸਫ਼ਰ ਕਰਕੇ ਜਨਾਬ ਜਾਨਵਰ ਅੱਲਾ ਦੀ ਮਿਹਰਬਾਨੀ ਨਾਲ ਵਿਖਾਏ ਜਾਂਦੇ ਨੇ। ਬਾਕੀ ਮੱਝ ਅੱਲਾ ਦੀ ਮਿਹਰਬਾਨੀ ਨਾਲ ਕਿਸੇ ਪਾਸੋਂ ਜਨਾਬ ਚਾਰ ਫੇਰ ਮੇਰੇ ਕੈਮਰੇ ਦੀ ਨਜ਼ਰ ਹੈ ਭਰਾਵਾਂ ਨੇ ਤਸੱਲੀ ਕਰਨੀ ਹੈ। ਇਹ ਬਦੀਨ ਦੀ ਮੱਝ ਸ਼ਾਹ ਕਾਲੀ ਮਾਸ਼ਾਅੱਲਾ ਪੂਰੀ ਬਰੀਕ ਖੱਬੇ ਦਾ ਵਾਨਾ ਮੁੱਠ ਮੁੱਠ ਤੇ ਥਾਣ। ਬਾਕੀ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਪੁੱਛਦੇ ਹਾਂ, ਇਹ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਕਿੰਨਾ ਦੁੱਧ ਜਾਂ ਬੋੜਾ ਕਰਦੀ ਪਈ ਹੈ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ। ਲਓ ਜੀ, ਸਭ ਤੋਂ ਪਹਿਲੇ ਦੱਸਣਾ ਕਿ ਮੱਝ ਆਪਣੀ ਕਿਹੜੇ ਇਲਾਕੇ ਦੀ ਹੈ? ਆਈ ਸਾਹਿਬ ਇਹ ਬਦੀਨ ਦੀ ਮੱਝ। ਬਦੀਨ ਦੀ ਮੱਝ ਪੱਕੀ ਠੱਕੀ। ਬਦੀਨ ਪੱਕੀ ਠੱਕੀ? ਹਾਂਜੀ ਆਈ ਸਾਹਿਬ। ਕਿਆ ਸੂਈ ਨੂੰ ਕਿੰਨੇ ਦਿਨ ਹੋ ਗਏ? ਆਈ ਦੂਜਾ ਵਿਦਿਆੜਾ ਜੀ। ਆਈ ਦੋ ਦਿਨ ਹੋ ਗਏ ਨੇ ਸੂਈ ਨੂੰ ਤੇ ਸੁਆ ਕਿੰਨਾ ਸੂਈ ਖੜੀ? ਦੂਸਰੇ ਵਾਰਾ। ਦੂਸਰਾ ਵਾਰਾ ਜੀ? ਦੂਸਰਾ ਕਿ ਤੀਸਰਾ? ਤੀਸਰਾ ਵਾਰਾ। ਤੀਸਰਾ ਵਾਰਾ ਕਿਉਂ? ਦੂਸਰਾ ਮੂੰਹ ਕੋਈ ਵੀਰ ਭਰਾ ਆ ਜਾਵੇ ਤਗਲਾ ਕੇ ਯਾਰ ਤੀਸਰਾ ਤੁਸੀਂ ਦੂਸਰਾ? ਨਹੀਂ ਜੀ ਆਈ ਸਾਹਿਬ, ਤੀਸਰਾ ਵਾਰਾ ਮਾਈ ਨੂੰ ਮੱਝ ਮਾਸ਼ਾਅੱਲਾ ਟਰਪੈਨ ਹੈ ਜਿਹੜਾ ਦੋ ਸਰ ਜਾਏਗਾ ਦੁੱਧ ਦੀ ਨਹਿਰ ਇਨਸ਼ਾਅੱਲਾ ਤਾਲਾ। ਇਹ ਦੋ ਤਿੰਨਾਂ ਟੱਬਰਾਂ ਨੂੰ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਦੁੱਧ ਮਿਲ ਜਾਵੇ। ਮੈਂ ਕੋਲੇ ਨਾ ਲੋਕ ਆਖ ਦਿੰਦੇ ਨੇ ਅੱਛਾ ਵੀ ਸਰ ਦੁੱਧ ਜਦੋਂ ਮਰਜ਼ੀ ਚੋਣ। ਹੁਣ ਆਦੇ ਵਕਤ ਕਿੰਨਾ ਦੁੱਧ ਹੈ? ਆਇਆ ਵਕਤ ਆਖ ਕੇ ਮੈਂ ਕੋਲੇ ਨਾ 16 ਸਿਰ ਹੈ। 16 ਸਿਰ ਹੈ ਜੀ। ਮੈਂ ਜੇ ਥਾਣੇ ਘਾਟਾ ਵਾਧਾ ਛੱਟਾ ਖਾਰਾ ਸਾਹਿਬ ਕਿਸੇ ਕਿਸਮ ਦਾ ਵਾਧਾ ਘਾਟਾ ਮੈਂ ਜੇ ਵਿੱਚ ਨਹੀਂ ਹੋਵੇ। ਆਪਣੀ ਗਾਰੰਟੀ? ਜੀ ਜੀ। ਮਗਰ ਕੱਟਾ? ਜੀ ਆਈ ਸਾਹਿਬ। ਨਹੀਂ ਕੱਟੀ ਕੱਟੀ ਮਗਰ ਮਗਰ ਕੱਟੀ। ਚਾਚਾ ਹੁਣੇ ਦੇ ਪੈਸੇ ਫਾਈਨਲ ਜੇ ਪਿਆਰ ਮੁਹੱਬਤ ਵਾਲੇ ਜਿੱਥੇ ਆਪਾਂ ਵੇਚਣੀ ਨਾ ਮੱਝ। ਜੀ ਆਈ ਆਈ ਸਮਝ ਜੀ। ਤੇ ਉਹ ਹੀ ਪੈਸੇ ਦੱਸੀ, ਵੱਧ ਪੈਸੇ ਨਹੀਂ ਮੰਗਣੇ। ਆਈ ਸਮਝ? ਜਿਹੜੇ ਪੈਸੇ ਲੈਣੇ ਨਾ ਉਹ ਹੀ ਗੱਲ ਕਰ, ਇੱਕੋ ਹੀ ਗੱਲ ਕਰਦੇ ਨਾ। ਮੈਂ ਤੈਨੂੰ ਪੰਜ ਆਖਾਂ ਨਾ ਦਸ ਆਖਾਂ, ਇੱਕੋ ਚਾਰ ਇੱਕੋ ਚਾਰ ਖਾਂ ਨਾ ਇੱਕੋ ਹੀ ਬਸ। ਆਈ ਸਾਹਿਬ 4,60,000 ਦਾ। 4,60,000 ਦੀ? ਹਾਂਜੀ। ਜੇ ਕੋਈ ਸਾਡਾ ਸੱਜਣ ਵੀਰ ਜੀ ਚਾਚਾ ਗੱਲ ਇਸ ਤਰ੍ਹਾਂ ਦੀ, ਜਿਹੜੇ ਲੈਣੇ ਨੇ ਨਾ ਪੈਸੇ ਇੱਕੋ ਹੀ ਗੱਲ ਕਰਦੇ ਪਿਆਰ ਮੁਹੱਬਤ ਵਾਲੀ, ਜੇ ਕੇ ਸੱਜਣ ਵੀਰ ਨੂੰ ਪਸੰਦ ਆਂਦੀ ਹੈ। ਆਈ ਸਾਹਿਬ ਜੇ ਸੱਦਾ ਲਾਉਣੀ ਨਹੀਂ, ਮੈਂ ਮੇਰੀ 5,00,000 ਦੀ ਹੈ। ਅੱਛਾ। 60,000 ਤੋਂ ਮੈਂ ਥੱਲੇ ਨਹੀਂ ਗਿਆ। 4,60,000 ਦੀ? 4,60,000। ਤੇ ਪਿਆਰ ਮੁਹੱਬਤ ਹੈ? ਹਾਂਜੀ ਸਾਹਿਬ ਪਿਆਰ ਮੁਹੱਬਤ। ਕੋਈ ਮਾੜਾ ਮੋਟਾ ਚਾਹ? 6,00,000 ਗੱਲ ਹੁਣ ਮੈਂ ਤੈਨੂੰ ਉਹ ਕਰਤੀ ਵੀ ਮੈਂ ਦੇ ਦਿੱਤੀ। ਜਿਹਨਾਂ ਲੋਕਾਂ ਨੇ ਮੱਝਾਂ ਰੱਖੀਆਂ ਨੇ ਇਹ ਸਮਾਜ ਦੀ ਜਿਹੜੀ ਨਸਲ ਹੈ ਜਿੱਥੋਂ ਦੀ ਮੱਝ ਹੈ ਤੇ ਲੋਕ ਆਖਣਗੇ ਕਿ ਵਾਕਈ ਵੀ ਸੇਰੀ। ਹਾਂਜੀ ਸਾਹਿਬ ਬੜੀ ਨਸਲੀ ਮੈਂ, ਬਹੁਤ ਜ਼ਿਆਦੀ ਨਸਲੀ। ਹੁਣ ਤੀਸਰਾ ਸੁਆ ਸੂਈ ਤੇ ਥਾਣ ਮਾਸ਼ਾਅੱਲਾ ਪੂਰਾ ਬਰੋਬਰ ਹੋ ਗਿਆ। ਹਾਂਜੀ ਸਾਹਿਬ ਮੈਂ ਜਦੋਂ ਪਸੰਦ ਦੀ ਫਿਰ ਇਦਾਂ ਵੱਡਾ ਸਵਾਦ ਆਉਂਦਾ ਪਤਾ। ਅੱਛਾ। ਚੋਣ ਲੱਗਿਆ ਮਤਲਬ ਨੀਂਦਰਾ ਆ ਜਾਂਦੀ। ਅੱਲਾ ਉਹਦੀ ਆਵਾਜ਼, ਅੱਲਾ ਉਹਦੀ ਆਵਾਜ਼। ਮਗਰ ਕੱਟੀ, ਮਗਰ ਕੱਟੀ ਆਖ ਲੋ। 4,60,000, 4,60,000 ਮਹਤਾ ਚਾਹਤਾ ਜ਼ਰੂਰ। ਬਿਲਕੁਲ ਜੀ, ਠੀਕ ਹੋ ਗਿਆ। ਲੋ ਜੀ, ਅੱਜ ਦੀ ਵੀਡੀਓ ਅੱਛੀ ਲੱਗੇ ਤੇ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਤੇ ਮਹਤਾ ਦੇ ਕਮੈਂਟ ਜਨਾਬ ਹਮੇਸ਼ਾ ਹੀ ਤਰ੍ਹਾਂ ਜ਼ਰੂਰ ਕਰਨੇ ਨੇ। ਬਾਕੀ ਜਨਾਬ ਉਹਨਾਂ ਵੀਰਾਂ ਦੇ ਅਸੀਂ ਜਨਾਬ ਬੇਹੱਦ ਸ਼ੁਕਰ ਗੁਜ਼ਾਰ ਹਾਂ।
ਜਿਹੜੇ ਜਨਾਬ ਸਾਡੇ ਨਾਲ ਮੁਹੱਬਤਾਂ ਕਰਦੇ ਨੇ ਤੇ ਸਾਡੇ ਚੈਨਲ ਜਨਾਬ ਸ਼ੇਅਰ ਤੇ ਲਾਈਕ ਕਰਦੇ ਨੇ ਤੇ ਬਾਕੀ ਜਨਾਬ ਇਹ ਮੱਝ ਤੀਸਰਾ ਸੁਆ ਸੂਈ ਹੈ ਬਦੀਨ ਦੀ ਮੱਝ ਹੈ ਦੁੱਧ ਅੱਲਾ ਦੇ ਫਜ਼ਲ ਹੈ ਇਨਸ਼ਾਲਾ ਪੂਰਾ 20 ਲੀਟਰ ਹੀ ਹੈ ਬਾਕੀ ਜਨਾਬ ਇਹ ਟੱਬਰ ਨੀ ਇਨਸ਼ਾਲਾ ਦੋ ਤਿੰਨ ਟੱਬਰ ਹੋਣ ਤੇ ਇਨਸ਼ਾਲਾ ਦੁੱਧ ਨਾਲ ਜਾਵੇਗੀ ਮਗਰ ਕੱਟੀ ਨੰਬਰ ਆਪਣਾ ਜਨਾਬ ਸਕਰੀਨ ਤੇ ਮਿਲਾਂਗੇ ਅਗਲੀ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਅੱਛਾ ਅੱਛਾ ਖੋਲੀ ਮਾੜਾ ਜਨਾਬ ਚੱਲ ਮੋਰਾ ਤਾਂ ਰਟੋਰ ਤੇ ਵਿਖਾ ਲੈ ਇੱਕ ਵਾਰੀ ਜਾਣ ਦੇ ਖੁੱਲੀ ਮਾਸ਼ਾਅੱਲਾ ਲਓ ਜੀ ਟਰਾਲਾ ਨਿਸ਼ਾਨ ਮੈਂ ਕਦੀ ਮਾਸ਼ਾਅੱਲਾ ਟਰਾਲਾ ਨਿਸ਼ਾਨ ਨਹੀਂ ਫਿਰਦੀ ਇਨਸ਼ਾਅੱਲਾ ਜੀ ਤਸੱਲੀ ਨਾਲ ਵਿਖਾਵਾਂਗੇ ਦਾਤੀ ਜਨਾਬ ਮਾਈ ਦਾ ਕੱਦ ਚੰਗਾ ਮਾਸ਼ਾਅੱਲਾ ਵਜ਼ਨ ਮੱਲਾ ਦੇ ਫਜ਼ਲ ਹੈ ਇਨਸ਼ਾਅੱਲਾ ਕੈਮਰੇ ਵਿੱਚ ਬਾਕੀ ਜਨਾਬ ਮਿਲਾਂਗੇ ਅਗਲੀ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਆ ਮਗਰ ਕੱਟੀ Thank you.